ਉਹਨਾਂ ਦੇ ਪਰਿਵਾਰ ਨਾਲ ਜੋ ਧੱਕਾ ਹੋਇਆ ਮਤਲਬ ਮੇਰੇ ਨਾਲ ਹੋਇਆ ਧੱਕਾ ਇਹਨਾਂ ਨੇ ਝੂਠਾ ਪੇ ਕੇਸ ਕੀਤਾ ਆਹ ਗੁੰਡਾ ਕਰਦੀ ਇੱਥੋਂ ਦਾ ਐਮ ਐਲ ਏ ਕਰਾ ਰਿਹਾ ਪਹਿਲੀ ਗੱਲ ਆ ਐਮ ਐਲ ਏ ਕਹਿਣ ਦੇ ਲਾਇਕ ਹੀ ਨਹੀਂ ਇਹ ਜਿਹਾ ਘਟੀਆ ਬੰਦਾ ਜਿਹੜਾ ਰੇਪ ਦੇ ਕੇਸਾਂ 'ਚ ਹੋਏ ਕਬਜ਼ਿਆਂ 'ਚ ਹੋਏ ਚੋਰੀ 'ਚ ਹੋਏ ਤੁਸੀਂ ਦੇਖੀ ਹੋਣੀ ਫੋਟੋ ਜੇ ਪੁਲਿਸ ਵਾਲੇ ਨੇ ਕਿ ਜੇ ਕੰਮ ਕਰਦਾ ਤੇ ਮੈਂ ਹੈਰਾਨ ਹਾਂ ਇੱਥੋਂ ਦੀ ਪੁਲਿਸ ਤੇ ਤੇ ਮੈਂ ਡੀ ਐਸ ਪੀ ਸਾਹਿਬ ਜਿਹੜੇ ਸੁਣ ਰਿਹਾ ਇਹ ਗੱਲ ਯਾਦ ਰੱਖਿਓ ਆਹ ਤਾਂ ਰੇੜੀ ਨਹੀਂ ਤੇ ਜਿਹੜਾ ਧੱਕਾ ਜਿਹਨੇ ਪਰਚਾ ਕੀਤਾ ਜਿਹੜੇ ਝੂਠੇ ਕੇਸ ਪਾਏ ਹੈ ਉਹਨਾਂ ਦੀ ਇੱਕ ਇੱਕ ਦੀ ਇਨਕੁਆਇਰੀ ਮੈਂ ਅਖੀਰ ਤੱਕ ਲੈ ਕੇ ਜਾਊਂ ਆਹ ਇਹਨਾਂ ਨੇ ਲੜਾਈ ਵੱਡੀ ਹੈ ਸੁਖਬੀਰ ਸਿੰਘ ਬਾਦਲ ਨਾਲ ਇਸ ਕਰਕੇ ਪਿੰਡ ਵਾਲੇ ਤੁਹਾਨੂੰ ਕੋਈ ਚਿੰਤਾ ਕਰਨ ਦੀ ਇਹਨਾਂ ਨੂੰ ਡਰ ਕੇ ਖੜ ਜਾਓ ਯਾਰ ਤੁਹਾਡੇ ਸ਼ੇਰ ਵਰਗੇ ਤੁਹਾਡੇ ਲੀਡਰ ਹੈ ਬੜੇ ਖੁਸ਼ਕਿਸਮਤ ਹੋ ਕਿ ਪਹਿਲੇ ਵੱਡੇ ਮਾਨ ਸਾਹਿਬ ਸੀ ਐਮ ਪੀ ਸਾਹਿਬ ਜਿਹਨਾਂ ਨੂੰ ਦੇਖ ਕੇ ਹੀ ਦੁਸ਼ਮਣ ਡਰਦੇ ਸੀ ਹੁਣ ਉਹਨਾਂ ਦੇ ਪਰਿਵਾਰ ਹੈ ਦੇਖੋ ਇਹਨਾਂ ਦੇ ਮਾਨ ਸਾਹਿਬ ਨੇ ਤੇ ਉਹਨਾਂ ਦੇ ਬੇਟਿਆਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਕੋਈ ਫਿਕਰ ਨਾ ਕਰੋ ਜੇ ਕੋਈ ਫਿਰ ਤੋਂ ਆਏ ਤਾਂ ਮੈਨੂੰ ਦੱਸਿਓ ਮੈਂ ਆਜੂ ਇੱਥੇ ਬਹਿ ਜੂਗਾ ਤੇ ਮੈਂ ਅਫਸਰਾਂ ਨੂੰ ਵੀ ਕਹਿੰਦਾ ਤੁਹਾਡਾ ਕੰਮ ਇਲੈਕਸ਼ਨ ਕਰਾਉਣਾ ਹੈ ਧੱਕੇ ਨਾਲ ਜਿਤਾਉਣਾ ਨਹੀਂ ਜੇ ਤੁਸੀਂ ਅਜੇ ਪੰਗੇ 'ਚ ਪਾਉਂਗੇ ਫਿਰ ਭੁਗਤਣਾ ਤੁਹਾਨੂੰ ਪਊਗਾ ਮੈਂ ਤੁਹਾਨੂੰ ਕਲੀਅਰ ਕਰਨਾ ਕਹਿਣਾ ਚਾਹੁੰਦਾ ਆਹ ਕਾਨੂੰਨ ਜੇ ਤੁਸੀਂ ਤੋੜੋਗੇ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਭਾਵੇਂ ਮੁਲਾਜ਼ਮ ਹੋਏ ਭਾਵੇਂ ਆਮ ਇਨਸਾਨ ਹੋ ਜਿਹੜਾ ਵੀ ਕਾਨੂੰਨ ਤੋੜੂਗਾ ਉਹ ਗੁਨੇਗਾਰ ਦਾ ਦੋਸ਼ੀ ਹੈ ਸੋ ਜੋ ਵੀ ਕੋਈ ਆਏ ਉਹਦੀ ਵੀਡੀਓ ਲੈ ਲਿਓ ਕੋਈ ਅਫਸਰ ਆਏ ਨਾਲ ਦਾ ਵੀਡੀਓ ਲੈ ਲਿਓ ਨਾਲੇ ਸਾਰਾ ਪਿੰਡ ਇਕੱਠਾ ਹੋ ਜਾਊ ਜਿਹਦੇ ਵੀ ਘਰੇ ਆਉਣ ਸਾਰਾ ਪਿੰਡ ਤੁਸੀਂ ਇਕੱਠਾ ਹੋ ਜਾਓ ਤੇ ਲੋੜ ਪਈ ਤਾਂ ਮੈਨੂੰ ਕਰ ਦਿਓ ਮੈਂ ਵੀ ਪਹੁੰਚ ਜਾਊਂ ਇੱਥੇ ਦੇਖਾਂਗੇ ਤੁਹਾਡੇ ਨਾਲ ਕਿਹੜਾ ਧੱਕਾ ਮਾਰਦਾ ਇਸ ਕਰਕੇ ਕੋਈ ਚਿੰਤਾ ਨਾ ਕਰੋ ਜਲਦੀ ਤੁਹਾਡੇ ਇਹਨਾਂ ਨੇ ਝੂਠਾ ਕੇਸ ਪਾਇਆ ਝੂਠਾ ਝੂਠਾ ਹੀ ਹੁੰਦਾ ਸਾਬਤ ਨਹੀਂ ਕਰ ਸਕਦੇ ਗੁੰਡਾਗਰਦੀ ਇਹਨਾਂ ਨੇ ਕੀਤੀ ਗੱਡੀਆਂ ਇਹਨਾਂ ਨੇ ਪੱਟੀਆਂ ਹਮਲਾ ਇਹਨਾਂ ਨੇ ਗੋਲਡੀ ਨੇ ਕੀਤਾ ਤੇ ਹੁਣ ਸੋਚਦਾ ਕਿ ਸਰਕਾਰ ਮੇਰੀ ਹੈ ਤੇ ਮੈਂ ਪਰਚਾ ਦੇ ਦੂੰਗਾ ਸਾਰਿਆਂ ਦੀ ਇਨਕੁਆਇਰੀ ਹੋਵੇ ਸੀ ਬੀ ਆਈ ਕੋਲੇ ਭੇਜਾਂਗੇ ਸਾਰੇ ਕੇਸ ਨੂੰ ਤੇ ਜਿਨ੍ਹਾਂ ਨੇ ਦਿੱਤਾ ਸਾਰੇ ਅਫਸਰ ਵੀ ਅੰਦਰ ਜਾਣਗੇ ਨਾਲੇ ਆਹ ਵੀ ਅੰਦਰ ਜਾਊਗਾ ਇਸ ਕਰਕੇ ਕੋਈ ਚਿੰਤਾ ਨਾ ਹੋ ਬੀਬੀ ਜੀ ਕੋਈ ਸਮੱਸਿਆ ਹੋਵੇ ਮੇਰੇ ਟੈਲੀਫੋਨ ਤੁਹਾਡੇ ਕੋਲ ਆਪਾਂ ਡਟ ਕੇ ਤੁਹਾਡੇ ਨਾਲ ਹਾਂ ਕੋਈ ਚਿੰਤਾ ਨਾ ਕਰੋ ਜ਼ਿੰਮੇਵਾਰੀ ਮੇਰੀ ਹੈ ਕੋਈ ਤੁਹਾਨੂੰ ਆਚ ਨਹੀਂ ਆਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ